ਅੱਜ ਕੱਲ੍ਹ ਕਰਾਂਗੇ ਬਾਲੀਵੁੱਡ ਫਿਲਮ ਗੋਸਟ ਦੀ ਜੋ ਕਿ ਇੱਕ ਹੋਰਰ ਫਿਲਮ ਹੋਣ ਵਾਲੀ ਹੈ ਇਸ ਫਿਲਮ ਦਾ ਟ੍ਰੇਲਰ ਯੂਟਿਊਬ 'ਤੇ ਲਾਂਚ ਕਰ ਦਿੱਤਾ ਗਿਆ ਹੈ ਇਸ ਫਿਲਮ ਵਿੱਚ ਸਾਨੂੰ ਨੈਚੁਰਲ ਪਾਵਰ ਆਤਮਾਵਾਂ ਦੇਖਣ ਨੂੰ ਮਿਲਣਗੀਆਂ ਇਹ ਫਿਲਮ ਇੱਕ ਲਵ ਸਟੋਰੀ ਦੇ ਨਾਲ ਨਾਲ ਲੋਕਾਂ ਨੂੰ ਡਰਾ ਕੇ ਵੀ ਜਾਏਗੀ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸਾਨੂੰ ਸਨਾਇਆ ਇਰਾਨੀ ਅਤੇ ਸ਼ਿਵਮ ਭਾਰਗਵ ਨਜ਼ਰ ਆਉਣਗੇ ਇਸ ਫਿਲਮ ਨੂੰ ਵਿਕਰਮ ਭੱਟ ਵੱਲੋਂ ਲਿਖਿਆ ਗਿਆ ਹੈ ਜੇਕਰ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਨੂੰ ਦਿਖਾਇਆ ਗਿਆ ਹੈ ਕਿ ਸ਼ਿਵਮ ਭਾਰਗਵ ਦੀ ਵਾਈਫ ਦਾ ਮਰਡਰ ਹੋ ਜਾਂਦਾ ਹੈ ਇਸ ਕਰਕੇ ਪੁਲਿਸ ਸ਼ਿਵਮ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਸ ਦੇ ਬਾਅਦ ਐਂਟਰੀ ਹੁੰਦੀ ਹੈ ਸਨਾਇਆ ਇਰਾਨੀ ਦੀ ਜੋ ਕਿ ਸ਼ਿਵਮ ਦਾ ਕੇਸ ਲੜਦੀ ਹੈ ਅਤੇ ਉਸਨੂੰ ਯਕੀਨ ਹੁੰਦਾ ਹੈ ਕਿ ਉਸਦੀ ਪਤਨੀ ਦਾ ਮਰਡਰ ਕਿਸੇ ਆਤਮਾ ਨੇ ਕੀਤਾ ਹੈ ਇਸ ਬਾਅਦ ਆਤਮਾ ਸਨਾਇਆ ਇਰਾਨੀ ਦੇ ਪਿੱਛੇ ਪੈ ਜਾਂਦੀਆਂ ਨੇ ਅਤੇ ਫਿਰ ਸਨਾਇਆ ਅਤੇ ਸ਼ਿਵਮ ਵਿਚਾਲੇ ਲਵ ਸਟੋਰੀ ਵੀ ਸ਼ੁਰੂ ਹੁੰਦੀ ਹੈ ਹੋਰ ਇਸ ਫਿਲਮ ਵਿੱਚ ਅੱਗੇ ਕੀ ਡਰ ਦਾ ਤੜਕਾ ਲੱਗੇਗਾ ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਬਾਅਦ ਹੀ ਪਤਾ ਲੱਗੇਗਾ ਬਾਕੀ ਤੁਹਾਨੂੰ ਇਸ ਫਿਲਮ ਦਾ ਟ੍ਰੇਲਰ ਕਿਵੇਂ ਲੱਗਿਆ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸੋ ਅਤੇ ਦੇਖਦੇ ਰਹੋ ਸਟਾਰ ਕੈਨੇਡਾ ਟੀਵੀ